ਲਹਿਰਾ ਗਾਗਾ ਵਿਖੇ ਲੱਚਰ ਗਾਇਕੀ ਅਤੇ ਗੀਤਕਾਰੀ ਖਿਲਾਫ ਸੰਘਰਸ਼ਸ਼ੀਲ ਜਥੇਬੰਦੀ ਲੋਕ ਗਾਇਕ ਕਲਾ ਮੰਚ ਨੇ ਸਾਫ ਸੁਥਰੀ ਗੀਤਕਾਰੀ ਅਤੇ ਗਾਇਕਾਂ ਦਾ ਸਨਮਾਨ ਕਰਨ ਦੇ ਲਈ ਇੱਕ ਸਮਾਗਮ ਵੀ ਜੁਲਾਈ ਦਾ ਮਹੀਨਾ ਚੱਲ ਰਿਹਾ, ਸੱਤਵਾਂ ਮਹੀਨਾ, ਕੜਾਕੇ ਦੀ ਧੁੱਪ ਦੇ ਵਿੱਚ ਇਹ ਮੇਰੇ ਕਲਾਕਾਰ ਵੀਰ ਪਹੁੰਚੇ ਹੈ ਧੁੱਪ ਦੇ ਵਿੱਚ, ਆਪਣੇ ਪ੍ਰੋਗਰਾਮਾਂ ਦੇ ਵਿੱਚੋਂ ਟਾਈਮ ਤੋਂ ਟਾਈਮ ਕੱਢ ਕੇ ਸਾਡਾ ਜਿਨ੍ਹਾਂ ਨੇ ਮਾਣ ਰੱਖਣ ਦੇ ਲਈ ਔਰ ਸਾਡੇ ਕੋਲ ਪਹੁੰਚੀ ਹੈ ਇੱਕ ਵਾਰੀ ਇਹਨਾਂ ਮਹਾਨ ਹਸਤੀਆਂ ਦੇ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ। ਔਰ ਸਾਡੇ ਮਹਾਨ ਹਸਤੀਆਂ ਦੇ ਵਿੱਚੋਂ ਸਾਡੇ ਗੀਤਕਾਰੀ ਦਾ ਥੰਮ ਇੱਧਰੋਂ ਕੁੜਤੇ ਪਜਾਮੇ ਦੇ ਵਿੱਚ ਸਿਰ 'ਤੇ ਟੋਪੀ ਪਹਿਨੀ ਖੜਾ ਗਾ ਭੰਬੂ ਫਲੇੜੇ ਵਾਲਾ, ਇੱਕ ਵਾਰੀ ਉਹਦੇ ਜ਼ੋਰਦਾਰ ਤਾੜੀਆਂ। ਉਹਦੇ ਨਾਲ ਹੀ ਪੰਜਾਬੀ ਮਾਂ ਬੋਲੀ ਦਾ ਲਾਡਲਾ ਸਪੂਤ, ਲਾਡਲਾ ਗਾਇਕ ਜਿਨ੍ਹਾਂ ਨੇ ਗਾਇਕੀ ਖੇਤਰ ਦੇ ਵਿੱਚ ਬਹੁਤ ਵੱਡਾ ਨਾਂ ਕਮਾਇਆ ਔਰ ਸਾਡੇ ਐਜੂਕੇਸ਼ਨ ਦੇ ਵਿੱਚ ਵੀ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਹੈ, ਸਨਮਾਨਯੋਗ ਪ੍ਰੋਫੈਸਰ ਸਾਹਿਬ ਸਾਡੇ ਯੋਗਰਾਜ ਸੰਧੂ ਜੀ, ਪੰਜਾਬੀ ਲੋਕ ਗਾਇਕ। ਔਰ ਇਹਨਾਂ ਦੇ ਹੁਣ ਇੱਕ ਨਵਾਂ ਸਿੰਗਲ ਟਰੈਕ ਆਇਆ ਜਿਹਦਾ ਟਾਈਟਲ ਹੈ ਵਿਚੋਲਾ। ਸਿੰਗਲ ਟਰੈਕ ਦੇ ਨਾਲ ਇਹਨਾਂ ਦਾ ਵਿਸ਼ੇਸ਼ ਸਨਮਾਨ ਵੀ ਹੈ ਅਤੇ ਭੰਗੂ ਫਲੇੜਾ ਜੀ ਦਾ ਵੀ ਵਿਸ਼ੇਸ਼ ਸਨਮਾਨ ਹੈ। ਅਤੇ ਉਹਨਾਂ ਦੇ ਨਾਲ ਹੀ ਸਾਡੇ ਲੋਕ ਤੱਥਾਂ ਦੇ ਬਾਦਸ਼ਾਹ, ਉੱਚੀਆਂ ਸੁਰਾਂ ਦੇ ਮਾਲਕ ਅਤੇ ਸਾਡੇ ਉਸਤਾਦ ਜਨਾਬ ਲਾਭ ਹੀਰਾ ਜੀ ਦਾ ਇਹ ਲਾਡਲਾ ਸ਼ਗਿਰਦ ਉਹ ਹੈ ਜਿਹੜਾ ਆਪਣੇ ਪਿਓ ਦੇ ਪਾਏ ਹੋਏ ਪੂਰਨਿਆਂ 'ਤੇ ਚੱਲ ਰਿਹਾ ਔਰ ਜਿਹਦੀ ਆਪਣੀ ਵੱਖਰੀ ਪਹਿਚਾਣ ਆਪਣੇ ਪਿਓ ਦੇ ਨਾਲੋਂ, ਉਹ ਨਾਂ ਹੈ ਅਰਸ਼ਦੀਪ ਚੋਟੀਆਂ। ਇੱਕ ਵਾਰੀ ਭੱਜ ਕੇ ਜ਼ੋਰਦਾਰ ਇਸ ਸਮੇਂ ਲੋਕ ਤੱਥਾਂ ਦੇ ਬਾਦਸ਼ਾਹ ਪੰਜਾਬੀ ਲੋਕ ਗਾਇਕ ਅਰਸ਼ਦੀਪ ਚੋਟੀਆਂ, ਯੋਗਰਾਜ ਸੰਧੂ ਅਤੇ ਉੱਘੇ ਗੀਤਕਾਰ ਭੰਗੂ ਫਲੇੜੇ ਵਾਲੇ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਮੰਚ ਸੰਚਾਲਕ ਦੀ ਭੂਮਿਕਾ ਉੱਘੇ ਮੰਚ ਸੰਚਾਲਕ ਸ੍ਰੀ ਕੁਲਵੰਤ ਉਪਲੀ ਜੀ ਨੇ ਬਖੂਬੀ ਨਿਭਾਈ। ਕਿੰਨਾ ਚਿਰ ਦਾ ਸੁੱਖ ਦੇ ਵਿੱਚ ਕਰ ਲਾਉਣਗੀਆਂ, ਧੀਆਂ ਨੂੰ ਮਾਰਨ ਵਾਲੇ ਵੀ ਤੁਹਾਡੇ ਨੂੰਹਾਂ ਕਿੱਥੋਂ। ਪੁੱਤਾਂ ਦਾ ਲਾਲਚ ਕਰਦੇ ਹੋ ਪਰ ਧੀ ਜੰਮਣ ਤੋਂ ਡਰਦੇ ਹੋ, ਜਿਹਦੇ ਨਾਲ ਚੱਲਣੀ ਕੁੱਲ ਸਾਡੀ ਉਸੇ ਤੋਂ ਨਫ਼ਰਤ ਕਰਦੇ ਹੋ, ਇਹ ਸਮਝਣ ਵਾਲੀਆਂ ਗੱਲਾਂ ਨੇ ਤੁਹਾਡੇ ਕਦੋਂ ਅਕਲ ਵਿੱਚ ਆਉਣਗੀਆਂ, ਧੀਆਂ ਨੂੰ ਮਾਰਨ ਵਾਲੇ ਹੋ ਵੀ ਤੁਹਾਡੇ ਨੂੰਹਾਂ ਕਿੱਥੋਂ ਹੋਣਗੀਆਂ। ਜੋੜ ਲੱਗਣ ਸਪੀਕਰ ਨਾਲ ਕੋਠੇ ਉੱਤੇ ਹਰ ਖੁਸ਼ੀ ਵਿੱਚ ਹੋਇਆ ਡੀਜੇ ਸਰਦਾਰ ਵੀ, ਜਿੱਦਣ ਦਾ ਫੌਜੀ ਬੈਂਡ ਆ ਗਿਆ ਵਿਆਹਾਂ ਵਿੱਚ ਬੀਨ ਬਾਜੇ ਵਾਲੇ ਗੁੰਮ ਹੋ ਗਏ ਨੇ ਨਚਾਰ ਵੀ। ਬੋੜਾਂ ਅਤੇ ਪਿੱਪਲਾਂ 'ਤੇ ਪੈਂਦੀਆਂ ਨਾ ਪੀਂਘਾਂ ਹੁਣ, ਬੋੜਾਂ ਅਤੇ ਪਿੱਪਲਾਂ 'ਤੇ ਪੈਂਦੀਆਂ ਨਾ ਪੀਂਘਾਂ ਹੁਣ, ਬਣ ਗਿਆ ਸਟੇਜੀ ਹੁਣ ਤੀਆਂ ਦਾ ਤਿਉਹਾਰ ਵੀ, ਉਹ ਵੀ ਸਟੇਜਾਂ 'ਤੇ ਲੱਗਣ ਲੱਗਿਆ। ਬੋੜਾਂ ਅਤੇ ਪਿੱਪਲਾਂ 'ਤੇ ਪੈਂਦੀਆਂ ਨਾ ਪੀਂਘਾਂ ਹੁਣ, ਬਣ ਗਿਆ ਸਟੇਜੀ ਹੁਣ ਤੀਆਂ ਦਾ ਤਿਉਹਾਰ ਵੀ। ਖੇਡ ਮੇਲੇ ਸਿੰਝ ਕਬੱਡੀ ਖੋ ਖੋ ਹੋ ਗਏ ਸਭ ਤੋਂ ਦੂਰ, ਅਤੇ ਮੇਲਿਆਂ 'ਚ ਹੋ ਗਈ ਟੋਚਣਾ ਦੀ ਭਰਮਾਰ ਵੀ, ਹੁਣ ਟਰੈਕਟਰ ਹੀ ਖਿੱਚਦੇ ਨੇ ਗਿੱਧੇ ਭੰਗੜੇ। ਭੈਣ ਕਰੇ ਕੁੱਤਾ ਭਾਈ, ਸਹੁਰੇ ਕਰ ਜਿਵੇਂ ਜੋ
ਅਰਸ਼ ਪਚਾਵੇ ਕੱਖਾਂ ਤੋਂ ਲੱਖ ਬਣਾਵੇ ਰਹਿੰਦੀਆਂ ਨਾ ਤੋਟਾਂ ਨੇ ਬਾਲੀ ਬਾਲੀ ਬਿੰਗਾ ਹੁੰਦਾ ਉਹਦੀਆਂ ਜਯੋਟਾਂ ਨੇ ਬਾਲੀ ਬਿੰਗਾ ਹੁੰਦਾ ਉਹ ਧੀਆਂ ਜਾਂ ਧਰਮ ਕੋਈ ਨਾ ਇਹਦੇ ਵਿੱਚ ਭਰਮ ਕੋਈ ਨਾ ਕਾਕੇ ਸੰਗ ਸ਼ਰਮ ਕੋਈ ਨਾ ਉਦੜ ਕੇ ਆਈਆਂ ਨੂੰ ਅੱਖਾਂ ਦੀ ਘੂਰ ਬਥੇਰੀ ਸਹਿਰਾਂ ਨਾਲ ਵਿਆਹਾਂ ਨੂੰ ਅੱਖਾਂ ਦੀ ਘੂਰ ਬਥੇਰੀ ਸਹਿਰਾਂ ਨਾਲ ਵਿਆਹਾਂ ਨੂੰ ਅੱਖਾਂ ਦੀ ਘੂਰ ਬਥੇਰੀ ਲਾ ਕਿਹੜੇ ਰਾਤ ਤੂੰ ਪੈ ਗਿਆ ਵੇ ਕਿਉਂ ਐਡਾ ਜ਼ਾਲਮ ਬਣ ਬਹਿ ਗਿਆ ਮੈਂ ਗੱਲ ਕਰਦੀ ਵੱਡੀ ਭਾਵੇਂ ਉਮਰ ਹੈ ਛੋਟੀ ਵੇ ਧੀ ਮਰਵਾ ਕੇ ਜੰਮਿਆ ਪੁੱਤਨੀ ਦਿੰਦਾ ਰੋਟੀ ਵੇ ਬਾਬਲਾ ਧੀ ਮਰਵਾ ਕੇ ਜੰਮਿਆ ਪੁੱਤਨੀ ਦਿੰਦਾ ਰੋਟੀ ਵੇ ਇੱਕ ਵਾਰੀ ਲੈ ਜਨਮ ਲੈਣ ਦੇ ਕਰਨਾ ਇੰਨੀ ਕਾਲੀ ਨਾਲ ਤੇਰੇ ਮੈਂ ਕੰਮ ਕਰੂੰਗੀ ਬਣ ਕੇ ਤੇਰਾ ਪਾਲੀ ਕਹਿਣੇ ਬਣਨ ਨੀ ਦੇਣੀ ਦੋ ਭੈਣਾਂ ਦੀ ਜੋਟੀ ਵੇ ਧੀ ਮਰਵਾ ਕੇ ਜੰਮਿਆ ਪੁੱਤਨੀ ਦਿੰਦਾ ਰੋਟੀ ਵੇ ਬਾਬਲਾ ਧੀ ਮਰਵਾ ਕੇ ਜੰਮਿਆ ਪੁੱਤਨੀ ਦਿੰਦਾ ਰੋਟੀ ਵੇ ਧੀ ਮਾਪਿਆਂ ਦਾ ਦੁੱਖ ਬਣਾਉਂਦੀ ਨਹੀਂ ਬਣਾਉਂਦੀ ਥਾਵਾਂ ਅੱਜ ਇੱਧਰ ਕੱਲ ਉੱਧਰ ਜਾਣਾ ਅਸੀਂ ਢਲਦੀਆਂ ਛਾਵਾਂ ਗਿੰਦੇ ਬੋਹਾ ਵਾਲਿਆ ਲਿਖਤੀ ਕਿਸਮਤ ਖੋਟੀ ਵੇ ਧੀ ਮਰਵਾ ਕੇ ਜੰਮਿਆ ਪੁੱਤਨੀ ਦਿੰਦਾ ਰੋਟੀ ਵੇ ਬਾਬਲਾ ਧੀ ਮਰਵਾ ਕੇ ਜੰਮਿਆ ਪੁੱਤਨੀ ਦਿੰਦਾ ਰੋਟੀ ਵੇ ਨਹੀਂ ਹੁੰਦਾ ਜਿੱਥੋਂ ਇੱਜ਼ਤ ਮਾਣ ਮਿਲੇ ਉੱਥੋਂ ਉੱਥੇ ਜਾਣਾ ਚਾਹੀਦਾ ਰਾਜ ਲਹਿੜੀ ਨੇ ਲਿਖਿਆ ਕਹਿੰਦਾ ਜਿਹੜਾ ਜਿਹੜੇ ਪੈਸੇ ਦੇ ਪਿੱਛੇ ਨੇ ਲੱਗ ਜਾਂਦੇ ਉਹਨਾਂ ਲੋਕਾਂ ਦੇ ਪੱਲੇ ਨਹੀਂ ਪਿਆਰ ਹੁੰਦਾ ਜਿਵੇਂ ਲੰਡੇ ਨੂੰ ਖੁੰਡਾ ਮਿਲੇ ਵੜ ਪਾ ਕੇ ਉਵੇਂ ਚੋਰ ਦਾ ਚੋਰ ਹੈ ਯਾਰ ਹੁੰਦਾ ਉਹ ਜਿਹਦੀ ਆਪਣੀ ਆਤਮਾ ਰਹੇ ਸੜਦੀ ਉਹ ਤੋਂ ਦੂਜੇ ਦਾ ਦਿਲ ਨਹੀਂ ਠਾਰ ਹੁੰਦਾ ਰਾਜ ਲਹਿੜੀ ਮਿਲਣ ਜੋ ਨੀਵੇਂ ਹੋ ਕੇ ਉਪਲੀ ਉਹਨਾਂ ਦਾ ਸਦਾ ਸਤਿਕਾਰ ਹੁੰਦਾ ਉਪਲੀ ਉਹਨਾਂ ਦਾ ਸਦਾ ਸਤਿਕਾਰ ਇਸ ਸਮੇਂ ਜਿੱਥੇ ਅਰਸ਼ਦੀਪ ਚੋਟੀਆਂ ਦਾ ਸਿੰਗਲ ਟਰੈਕ ਕਾਲਜ ਵਾਲੀ ਕਾਜਲ ਦਾ ਪੋਸਟਰ ਉੱਥੇ ਯੋਗਰਾਜ ਸੰਧੂ ਦਾ ਸਿੰਗਲ ਟਰੈਕ ਵਿਚੋਲਾ ਦਾ ਵੀ ਪੋਸਟਰ ਰਿਲੀਜ਼ ਕੀਤਾ ਗਿਆ ਜਿਸ ਦੇ ਪ੍ਰੋਡਿਊਸਰ ਤੇਜੀ ਸਜੋਮਾ ਜੀ ਹਨ ਦੇ ਬਾਪੂ ਪੈ ਗਿਆ ਖੇੜੇ ਵੇ ਰਿਸ਼ਤਾ ਕਿਤੇ ਕਰਾ ਦੇ ਤੂੰ ਸੋਨੀ ਦਾ ਨੇੜੇ ਵੇ ਰਿਸ਼ਤਾ ਕਿਤੇ ਕਰਾ ਦੇ ਤੂੰ ਸੋਨੀ ਦਾ ਨੇੜੇ ਵੇ ਖਰੀ ਕਰੀ ਗੱਲ ਚੰਗੀ ਖਰੀ ਕਰੀ ਗੱਲ ਚੰਗੀ ਨਾ ਵਿੱਚ ਹੋਵੇ ਉਹ ਲਾਵੇ ਭੈਣ ਮੇਰੀ ਦਾ ਮਾਇਆ ਹੁਣ ਤੂੰ ਬੜੀ ਬੱਚੋ ਲਾਵੇ ਭੈਣ ਮੇਰੀ ਦਾ ਮਾਇਆ ਹੁਣ ਤੂੰ ਬੜੀ ਬੱਚੋ ਲਾਵੇ ਉਹ ਮੈਂ ਤਾਂ ਲਾ ਦੂੰ ਕੋਕੇ ਤੈਨੂੰ ਸੱਚ ਆਖਦਾ ਨੀ ਮੈਂ ਤਾਂ ਜੜ ਦੂੰ ਕੋਕੇ ਤੈਨੂੰ ਸੱਚ ਆਖਦਾ ਨੀ ਆੜਤੀਆਂ ਦਾ ਮੁੰਡਾ ਚੰਗੇ ਨੋਟ ਛਾਪਦਾ ਨੀ ਇੱਕ ਆੜਤੀਆਂ ਦਾ ਮੁੰਡਾ ਚੰਗੇ ਨੋਟ ਛਾਪਦਾ ਨੀ ਮੈਂ ਆਖਣ ਤੜਕੇ ਮਿਲ ਕੇ ਲਾ ਦੂੰ ਗੱਲ ਕਿਨਾਰੇ ਨੀ ਰਿਸ਼ਤਾ ਬਹੁਤ ਹੀ ਵਧੀਆ ਸਾਲੀ ਲਊ ਨਜ਼ਾਰੇ ਨੀ ਹੋਰ ਰਿਸ਼ਤਾ ਬਹੁਤ ਹੀ ਵਧੀਆ ਸਾਲੀ ਲਊ ਨਜ਼ਾਰੇ ਨੀ ਕਾਲ ਥੋੜੀ ਲੱਗੇ ਅੜੇ ਜਾਣ ਖੇਡੇ ਕੰਗਣਾ ਰਿਕਾਲ ਥੋੜੀ ਲੱਗੇ ਅੜੇ ਜਾਣ ਹੱਥ ਸੰਗ ਦੀ ਪਰਾਤ ਵਿੱਚ ਪਾਵੇਂ ਤੂੰ
ਪਾਣੀ ਵਿੱਚ ਭਾਲਦੀ ਫਿਰੇ ਤੈਨੂੰ ਚਾਂਦੀ ਦਾ ਰੁਪਈਆ ਨਾ ਥਿਆਵੇ ਤੂੰ ਪਾਣੀ ਵਿੱਚ ਭਾਲਦੀ ਫਿਰੇ ਪਰ ਚਾਂਦੀ ਦਾ ਰੁਪਈਆ ਨਾ ਥਿਆਵੇ ਤੂੰ ਪਾਣੀ ਵਿੱਚ ਭਾਲਦੀ ਫਿਰੇ ਆਈ ਨਵੀਂ ਵੇ ਨਵੇਲੀ ਅੱਜ ਪਹਿਲੀ ਵਾਰੀ ਖੇਲੀ ਆਈ ਨਵੀਂ ਵੇ ਨਵੇਲੀ ਅੱਜ ਪਹਿਲੀ ਵਾਰੀ ਖੇਲੀ ਤੇਰੀ ਜਾਣ ਬੁੱਝ ਧਰਤੀ ਚੜਾਈ ਤੂੰ ਜਿੱਤ ਕੇ ਦਿਖਾਈ ਮੁੰਡਿਆ ਵਾਰੀ ਸੱਤਵੀਂ ਜਦੋਂ ਵੇ ਮੇਰੀ ਆਈ ਤੂੰ ਜਿੱਤ ਕੇ ਦਿਖਾਈ ਮੁੰਡਿਆ ਵਾਰੀ ਸੱਤਵੀਂ ਜਦੋਂ ਵੇ ਮੇਰੀ ਆਈ ਤੂੰ ਜਿੱਤ ਕੇ ਦਿਖਾਈ ਮੁੰਡਿਆ। ਇਸ ਸਮੇਂ ਹਾਜ਼ਰੀਨ ਦੇ ਵਿੱਚ ਲਵਲੀ ਬਡਰੁੱਖਾਂ, ਕਿਰਨਪਾਲ ਗਾਗਾ, ਰਮੇਸ਼ ਬਰੇਟਾ ਗੀਤਕਾਰ, ਗਿੱਲ ਅਕੋਈ ਗੀਤਕਾਰ, ਰਾਮਫਲ ਰਾਜਨ ਹੇੜੀ ਉੱਘੇ ਸਾਇਰ ਅਤੇ ਗੀਤਕਾਰ, ਅਸ਼ੋਕ ਮਸਤੀ, ਜਗਦੀਸ਼ ਮਾਣਕ, ਗੁਰਜੰਟ ਕੋਮਲ, ਉੱਘੇ ਪੱਤਰਕਾਰ ਅਤੇ ਗੀਤਕਾਰ ਸ੍ਰੀ ਤੇਜੀ ਸਜੂਮਾ ਜੀ ਤੋਂ ਇਲਾਵਾ ਗੀਤਕਾਰ ਭੰਗੂ ਫਲੇੜੇ ਵਾਲਾ ਵੀ ਹਾਜ਼ਰ ਸਨ। ਬੜੇ ਪੁਰਾਣੇ ਫੇਮਸ ਕਲਾਕਾਰ ਗੁਰਜੰਟ ਕੋਮਲ ਜੀ, ਰਾਜਲ ਹੇੜੀ ਜੀ, ਰਮੇਸ਼ ਬਰੇਟਾ ਜੀ ਅਤੇ ਹੋਰ ਜਿੰਨੇ ਮੇਰੇ ਮਿੱਤਰ ਆਏ ਹੋ ਵੀਰੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਾ ਜਿਹਨਾਂ ਰਾਜ ਸਭਾ ਮੰਚ ਦੇ ਫੰਕਸ਼ਨ 'ਤੇ ਆਏ ਹੋਏ ਨਾਮੀ ਗੀਤਕਾਰ ਗਾਇਕ ਅਤੇ ਸਾਡੇ ਭਰਾ ਹਰਸ਼ਦੀਪ ਚੋਟੀਆਂ ਜੀ, ਡੋਗਰਾ ਸੰਧੂ ਜੀ, ਭੰਗੂ ਫਲੇੜਾ ਜੀ, ਅਸੀਂ ਲਹਿਰਾ ਗਾਗਾ ਵੱਲੋਂ ਅਤੇ ਲੋਕ ਗਾਇਕ ਕਲਾ ਮੰਚ ਵੱਲੋਂ ਵਿਸ਼ੇਸ਼ ਤੌਰ 'ਤੇ ਮਾਡਲ ਦਾ ਧੰਨਵਾਦ ਕਰਦੇ ਹਾਂ ਜੀ। ਅਤੇ ਲਾਈਫ ਰੰਗ ਮੀਡੀਆ ਤੋਂ ਉੱਘੇ ਪੱਤਰਕਾਰ ਅਤੇ ਗੀਤਕਾਰ ਸ੍ਰੀ ਤੇਜੀ ਸਜੂਮਾ ਦੀ ਰਿਪੋਰਟ।